ਸਤਿ ਸ਼੍ਰੀ ਅਕਾਲ ਦੋਸਤੋ। 18 ਜੂਨ 2023 ਸਫ਼ਰ ਦਾ 17ਵਾਂ ਦਿਨ, YHI ਟਰੈਕਿੰਗ ਐਡਵੈਂਚਰ ਕੈਂਪ ਦਾ 5ਵਾਂ ਦਿਨ। ਸੋ 8 ਵਜਿਆਂ ਸਵੇਰ ਦੇ ਦੋਸਤੋ, ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਅੱਜ ਆਪਾਂ ਨੇ ਉੱਤਲੇ ਪੁਆਇੰਟਾਂ 'ਤੇ ਹਾਈ ਐਲਟੀਟਿਊਡ 'ਤੇ ਜਾਣਾ, ਖਰਦੁੰਗਲਾ ਪਾਸ ਕਰਾਂਗੇ, ਪੈਂਗੋਂਗ ਲੇਕ ਜਾਣਾ। ਅਤੇ ਸੋ ਦੋਸਤੋ, ਅਗਲੀਆਂ 3-4 ਰਾਤਾਂ ਆਪਾਂ ਲੇਹ ਤੋਂ ਵੀ ਉੱਪਰਲੇ ਪੁਆਇੰਟਾਂ 'ਤੇ ਬਿਤਾਵਾਂਗੇ। ਸੋ ਤੁਸੀਂ ਬਣੇ ਰਹੋ ਨਾਲ, ਵੀਡੀਓ ਨੂੰ ਅੰਤ ਤੱਕ ਦੇਖਿਓ, ਕਿਉਂਕਿ ਇਹ ਵਲੌਗ ਬਹੁਤ ਹੀ ਇੰਟਰਸਟਿੰਗ ਹੋਣ ਜਾ ਰਹੇ ਹੈ। ਇਹ ਰਕਸ਼ਕ ਲੈ ਲਿਆ ਆਪਾਂ ਤਨਮੈਂ ਜੀ ਤੋਂ, ਕਿਉਂਕਿ ਆਪਾਂ ਸਾਈਕਲ 'ਤੇ ਆਏ ਸੀ, ਸਾਈਕਲ ਵਾਲੇ ਹੀ ਆਪਣੇ ਕੋਲ ਬੈਗ ਸੀਗੇ। ਸੋ ਹੁਣ ਆਪਾਂ ਇਹ ਅਗਲੇ ਸਫ਼ਰ ਵਾਸਤੇ ਸਮਾਨ ਕਰ ਲਿਆ ਪੈਕ, ਅਤੇ ਆਪਣਾ ਟੈਂਟ ਅਸੀਂ ਛੱਡ ਚੱਲੇ ਹਾਂ। ਸੋ ਵੱਧਦੇ ਹਾਂ ਅਗਲੇ ਸਫ਼ਰ 'ਤੇ। ਰੋਜ਼ ਵਾਂਗ ਪੂਰਾ ਪੌਸ਼ਟਿਕ ਬ੍ਰੇਕਫਾਸਟ ਲੱਗ ਚੁੱਕਿਆ ਸਾਡਾ। ਬੋਇਲਡ ਐੱਗ, ਸੇਮੀਆਂ, ਸੋ ਸੈਂਡਵਿਚ ਵਿਦ ਬਟਰ ਐਂਡ ਸੈਂਡਵਿਚ ਵਿਦ ਜੈਮ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਹੁਣ ਅਸੀਂ ਹਾਈ ਐਲਟੀਟਿਊਡ 'ਤੇ ਸਾਈਟ ਸੀਨ ਵਾਸਤੇ ਜਾ ਰਹੇ ਹਾਂ 3-4 ਦਿਨਾਂ ਲਈ। ਸੋ ਅਸੀਂ ਆਪਣੇ ਟੈਂਟ ਅਤੇ ਰੂਮ ਖਾਲੀ ਕਰਤੇ, ਅਤੇ ਐਕਸਟਰਾ ਲਗੇਜ ਵਾਸਤੇ ਸਾਨੂੰ ਇਹ ਟੈਂਟ ਨੰਬਰ 9 ਅਲੋਟ ਕਰਿਆ। ਸੋ ਆਪਾਂ ਆਪਣਾ ਸਾਈਕਲ ਅਤੇ ਆਪਣਾ ਸਾਰਾ ਐਕਸਟਰਾ ਸਮਾਨ ਸਾਈਕਲ ਵਾਲੇ ਬੈਗ 'ਚ ਪਾ ਕੇ ਇੱਥੇ ਸੇਫਲੀ ਆਪਾਂ ਇਹਨੂੰ ਰੱਖਤਾ। ਸੋ ਆ ਕੇ ਆਪਾਂ ਵਾਪਸ ਇਹਨੂੰ ਲਵਾਂਗੇ, ਅਤੇ ਸਾਨੂੰ ਨਵਾਂ ਟੈਂਟ ਅਤੇ ਨਵਾਂ ਰੂਮ ਵਗੈਰਾ ਅਲੋਟ ਹੋ ਜੂਗਾ। ਲਓ ਜੀ, 9 ਵੱਜਣ ਵਾਲੇ ਹੈ, ਅਤੇ ਸਾਡੀ ਗੱਡੀ ਹੋ ਰਹੀ ਹੈ ਲੋਡ, ਕਿਉਂਕਿ ਹੁਣ ਉੱਪਰਲੇ ਲੇਹ ਤੋਂ ਉੱਪਰਲੇ ਏਰੀਏ ਦੇ ਸਾਈਟ ਸੀਨ ਵਾਸਤੇ ਜਾ ਰਹੇ ਹਾਂ। ਸੋ ਸਾਡਾ ਲਗੇਜ ਅੱਜ ਗੱਡੀ ਦੇ ਉੱਪਰ, ਸਾਡਾ ਡਰਾਈਵਰ ਕੰਮ ਗਾਈਡ ਗੁਰਬਤ ਲੱਗਿਆ ਬੰਨਣ। ਲੇਹ ਯੂਥ ਹੋਸਟਲ ਤੋਂ ਅੱਧਾ ਪੌਣਾ ਘੰਟੇ ਦੇ ਸਫ਼ਰ ਉਪਰੰਤ ਕਾਫੀ ਤਿੱਖੀ ਚੜ੍ਹਾਈ ਚੜ੍ਹ ਰਹੇ ਹਾਂ ਅਸੀਂ ਦੋਸਤੋ, ਖਰਦੁੰਗਲਾ ਪਾਸ ਨੂੰ ਜਾਂਦੇ ਹੋਏ। ਸੋ ਪਹਿਲਾ ਸਾਈਟ ਸੀਨ ਪੁਆਇੰਟ ਆਇਆ ਇੱਥੇ, ਸੈਲਾਨੀ ਰੁਕੇ ਹੋਏ ਵੱਡੀ ਗਿਣਤੀ 'ਚ, ਫੋਟੋਆਂ ਕਰਾ ਰਹੇ ਹਾਂ, ਅਤੇ ਬਹੁਤ ਹੀ ਪਿਆਰਾ ਵਿਊ ਦੇਖੋ, ਰੰਗ ਕੁਦਰਤ ਦੇ ਕਮਾਲ ਹੈ, ਬਹੁਤ ਹੀ ਸ਼ਾਨਦਾਰ ਵਿਊ ਪਹਾੜਾਂ ਦਾ, ਅਨੇਕਾਂ ਰੰਗ ਬਦਲਦੇ ਪਹਾੜ, ਸਾਹਮਣੇ ਬਰਫ਼ਾਂ ਲੱਦੇ ਪਹਾੜ, ਨੀਲਾ ਅਸਮਾਨ ਅਤੇ ਬੱਦਲ। ਅਤੇ ਇੱਧਰ ਚੱਲ ਰਿਹਾ ਫੋਟੋ ਸੈਸ਼ਨ ਸੈਲਾਨੀਆਂ ਦਾ, ਕਮਾਲ ਦਾ ਦ੍ਰਿਸ਼। ਬਾਰਡਰ ਰੋਡ ਆਰਗੇਨਾਈਜੇਸ਼ਨ ਵਿਜਾਇਕ ਵੈਲਕਮ ਯੂ ਟੂ ਦਾ ਟੋਪ ਆਫ ਦਾ ਵਰਲਡ, ਮਾਈਟੀ ਖਰਦੁੰਗਲਾ, ਐਲਟੀਟਿਊਡ 17,982। ਸੋ ਦੋਸਤੋ, ਖਰਦੁੰਗਲਾ ਪਾਸ ਪਹੁੰਚ ਗਏ। ਸੋ ਦੋਸਤੋ, ਬਹੁਤ ਹੀ ਯਾਦਗਾਰੀ ਸਮਾਂ, ਖਰਦੁੰਗਲਾ ਪਾਸ ਪਹੁੰਚ ਗਏ ਆਪਾਂ। ਸੋ ਬਰਫ਼ ਪੈ ਰਹੀ ਹੈ, ਵੱਡੀ ਗਿਣਤੀ ਸੈਲਾਨੀ ਆਏ ਹੋਏ ਹੈ, ਦੇਖ ਰਹੇ ਹੋ ਤੁਸੀਂ ਬਰਫ਼ ਦੇ ਨਜ਼ਾਰੇ ਖਰਦੁੰਗਲਾ ਪਾਸ। ਅਤੇ ਜਿਹੜੇ ਜ਼ਿਆਦਾ ਅੰਗਰੇਜ਼ੀ ਸੈਲਾਨੀ ਹੈ ਉਹ ਸਾਹਮਣੇ ਖਰਦੁੰਗਲਾ ਪਾਸ 'ਤੇ ਚੜ੍ਹ ਗਏ। ਖਰਦੁੰਗਲਾ ਪਾਸ ਵਿਖੇ ਲਾਈਵ ਬਰਫ਼ ਦੇ ਨਜ਼ਾਰੇ, ਸਾਹਮਣੇ ਬਰਫ਼ ਹੀ ਬਰਫ਼, 16,982। ਅਤੇ ਇੱਧਰ ਦੇਖੋ ਸੈਲਾਨੀ ਖਰਦੁੰਗਲਾ ਪਾਸ ਵਿਖੇ ਯਾਦਗਾਰੀ ਫੋਟੋਆਂ ਖਿਚਾਉਂਦੇ ਹੋਏ, ਟਕੇਲੀਆਂ ਕਰਦੇ ਹੋਏ, ਅਤੇ ਇੱਕ ਤਰ੍ਹਾਂ ਨਾਲ ਟ੍ਰੈਫਿਕ ਜਾਮ ਵਾਲੀ ਸਥਿਤੀ ਬਣੀ ਪਈ ਹੈ। ਸੋ ਦੇਖੋ ਇੱਥੇ ਇਸ ਮੀਲ ਦੇ ਪੱਥਰ ਨਾਲ ਫੋਟੋ ਖਿਚਾਉਣ ਲਈ ਲੰਬੀ ਲਾਈਨ ਹੈ, ਤਰੱਦਦ ਕਰਨਾ ਪਊਗਾ। ਸੋ ਖਿਚਾਉਂਦੇ ਹਾਂ ਫੋਟੋ ਹੁਣ ਆਪਾਂ। ਲਓ ਜੀ, ਸਾਡਾ ਗਰੁੱਪ ਵੀ, ਜਗਨਨਾਥ ਜੀ, ਸ਼ਾਨਵੀ, ਅਸ਼ਵਿਨ ਬਰਫ਼ 'ਤੇ ਚੜ੍ਹਾਈ ਕਰਦੇ ਹੋਏ। ਸੋ ਦੋਸਤੋ, ਸਾਡਾ ਗਰੁੱਪ ਖਰਦੁੰਗਲਾ ਪਾਸ ਦੀ ਟੌਪ ਵੱਲ ਵਾਧਾ ਹੋਇਆ ਜਗਨਨਾਥ ਜੀ ਦੀ ਅਗਵਾਈ 'ਚ। ਨਾਈਸ। ਖਰਦੁੰਗਲਾ ਪਾਸ ਵਿਖੇ ਲਾਈਵ ਬਰਫ਼ ਦੇ ਨਜ਼ਾਰੇ, ਬਰਫ਼ ਪੈ ਰਹੀ ਹੈ ਦੋਸਤੋ, ਜਗਨਨਾਥ ਜੀ ਤਾਜ਼ੀ ਬਰਫ਼ ਤੋੜ ਕੇ ਲੈ ਗਏ, ਮੈਡਮ ਨੂੰ ਦੇਣਗੇ। ਵੈਰੀ ਗੁੱਡ, ਵੈਰੀ ਗੁੱਡ। ਖਰਦੁੰਗਲਾ ਪਾਸ ਦੇ ਨਜ਼ਾਰੇ ਲੈਣ ਤੋਂ ਬਾਅਦ ਹੁਣ ਲੂਦਰਾ ਵੈਲੀ ਵੱਲ ਨੂੰ ਅੱਗੇ ਵੱਧ ਰਹੇ ਹਾਂ।
माहौल है दोस्तों इस समय नॉर्थ पुलू ना की जगह पर इस पंजाबी ढाबे से रुक के आप लंच किया तो बहुत ही क्लास व्यू है दरिया का तो सामने बर्फा लते पहाड़ा का। दोस्तों शाम 3:30 का टाइम हो गया मिल्खा पॉइंट पर असी इतने गड्डिया चलाने सिंगल 1000 रुपये तो डबल 1200 रुपये अंदर कहते रेते ते गड्डी लेके जाने काफ़ी अंदर तक सामने गई गड्डिया सो देखते हैं जे दो साढ़े नाल दे साथी गए हैं जे कोई होर तैयार होंदा हो करते हैं राइड आपां इहदी। दोस्तों दीक्षित चंबा विखे मॉन्स्ट्री है इत्थे महात्मा बुद्धा का 108 फुट उच्चा बुत बनया जो दर्शाता हैगा कि जिहड़ा दीक्षित पिंड है इहदी सुरक्षा करनी है विश्व शांति नूं प्रमोट करना। पहाड़ा दे पैरां च वसिया दीक्षित पिंड कमाल दा नज़ारा। दीक्षित मॉन्स्ट्री विखे महात्मा बुद्ध जी का सब तो बड़ा 108 फुट उच्चा है बुत स्थापित किया गया बहुत ही अद्भुत नज़ारा तो चारे पासे पहाड़ा दा बहुत ही कमाल दा व्यू है तो इन्हां पहाड़ा दे पैरां च थले दीक्षित पिंड है तो बड़ी गिणती टूरिस्ट इत्थे पहुँचे हुए हैं। पंजाबी टूरिस्ट मुकाबलतन घट लगते हैं साउथ तो ज़्यादा ने सो साडे पंजाबियों नूं भी इस पासे आना चाहिए लेह लद्दाख एक स्वर्ग तो घट नहीं है। इत्थे पत्थरां नाल पत्थर के उपर पत्थर रख के घर बनाउण दा कोई कंसैप्ट है कोई मानता होवेगी बहुत सारे लोगों ने इत्थे इदां दीक्षित मोनेस्ट्री विखे छोटे छोटे जिदा पिट्ठू खेलते हैं अपने पंजाबी उदा घर बनाए हुए हैं कोई धार्मिक आस्था कोई मानता है। दीक्षित मोनेस्ट्री का दूजा हिस्सा काफ़ी उपर जा गया सो असी थल्ले ही नतमस्तक होकर हम वापस आवेंगे क्योंकि असी हूँ नूबरा वैली कैमल राइड करनी चाहते हैं लेट नाइट उसे कैमल अवेलेबल नहीं होंगे। 5:30 का समा हो गया दोस्तों न्यूबरा सैंड ड्यून पहुँच गए आप तो बड़ी गिणती सैलानी आए हुए इतने हंडर सैंड ड्यून एक्चुअली ना यहाँ हंडर सैंड ड्यून है जो सामने लिखा हुआ द जॉर्जियस सिल्वर सैंड ड्यून्स आर लोकेटेड एट एन एल्टीट्यूड ऑफ 4000 मीटर एंड आर बाउंडेड बाय स्नो कैप्ड माउंटेन्स इट इज़ होम ऑफ कैरियन कैमल्स टूरिस्ट लाइक टू राइड दीज कैमल। लो जी सैंड ड्यून्स विशेष देख वाले ऊंट बथेश ढुठ वाले ऊंट तो आप लगे इन्हों की हम राइड कर। हैलो हैलो लो लो जी मित्र प्यारे अमृतपाल सिंह जी घुद्दा बहुत ठीक है और सत श्रीकाल साडा पुत्र आ गया। सो दोस्तों सफर की रौनक शिखर से सो पंजाब के उगे साइकलिस्ट तो हूँ तो सैलीब्रिटी तुम कह सकते हैं साढ़े अमृतपाल सिंह को दस त्याल साहब ने दसिया से इन्होंने मिले से होटल से। हाँ मैंने कल मिले थे पर मेरे ना फोन रह गया सी कमरे च फिर भजना पै के रहा देखो जी बच्चा अपनी मदर के नाल पूरा बहुत ही वधिया माहौल है। सो हुण असीं चार कैमल लभ रहे हैं क्योंकि असीं इकट्ठिया ने जाना 109 दोस्तों कैमल राइड शुरू हो चुकी है सिल्वर कलर का रेता इत्थे दूर तक सैलानी कैमल राइड कर रहे हैं। पापा
ਗੁਰਬਤ। ਸੋ ਦੋਸਤੋ, ਸ਼ਾਮ ਦੇ 6 ਵੱਜ ਗਏ। ਹੁੰਦਰ ਵਿਖੇ ਸਾਡਾ ਇੱਕ ਗੈਸਟ ਹਾਊਸ ਬੁੱਕ ਹੈ। ਲਓ ਵੀ ਮਿੱਤਰੋ, ਇਹ ਰੰਗ ਹੈ ਯੂਥ ਹੋਸਟਲ ਦੇ। ਚਾਹ ਆ ਗਈ ਸਾਡੀ, ਬਿਸਕੁਟ ਵੀ ਸੋਹਣੇ ਬੜੇ ਸਾਈਜ਼ ਦੇ ਆ ਦੋਸਤੋ। ਐਵੇਂ ਨਹੀਂ, ਮੈਂ YHI ਯੂਥ ਹੋਸਟਲ ਐਸੋਸੀਏਸ਼ਨ ਇੰਡੀਆ ਦੇ ਗੁਣ ਗਾਉਂਦਾ। ਆਹ ਸਾਡਾ ਅੱਜ ਕੈਂਪਿੰਗ ਸਾਈਟ 'ਤੇ ਅਸੀਂ, ਸਾਈਟ ਸੀਨ ਲੇਹ ਤੋਂ ਬਾਹਰ। ਸੋ ਇਹ ਸਾਡਾ ਡਿਨਰ ਦਾ ਮਾਹੌਲ ਹੈ। ਸਲਾਦ ਲੱਗਿਆ ਹੋਇਆ, ਮਿਕਸ ਵੈੱਜ, ਪਨੀਰ, ਦਾਲ, ਚੌਲ, ਸੇਵੀਆਂ ਅਤੇ ਨਾਲ ਇੱਧਰ ਰੋਟੀ ਲੱਗੀ ਹੋਈ ਹੈ। ਸੋ ਇਹ ਆਪਣੀ ਪੂਰੀ ਥਾਲੀ ਬਣ ਗਈ। ਸੋ ਯੂਥ ਹੋਸਟਲ ਐਸੋਸੀਏਸ਼ਨ ਆਫ ਇੰਡੀਆ ਇੱਕ ਬਹੁਤ ਹੀ ਵਧੀਆ NGO ਹੈ, ਜਿਹੜੀ ਨੋ ਲੋਸ ਨੋ ਪ੍ਰੋਫਿਟ 'ਤੇ ਕੰਮ ਕਰਦੀ ਹੈ ਘੁਮੱਕੜੀ ਵਾਸਤੇ। ਇੱਕ ਜਰਮਨ ਟੀਚਰ ਨੇ ਮੁਹਿੰਮ ਸ਼ੁਰੂ ਕੀਤੀ ਸੀ, ਹੁਣ 60 ਕੰਟਰੀਆਂ 'ਚ ਫੈਲ ਚੁੱਕੀ ਹੈ ਅਤੇ ਦੁਨੀਆ ਭਰ ਦੇ ਘੁਮੱਕੜ ਇਹਦੇ ਥਰੂ ਘੁੰਮਦੇ ਫਿਰਦੇ ਆ। ਅਤੇ ਇਹਦੇ ਮੇਨ ਪੋਜ਼ਿਟਿਵ ਪੁਆਇੰਟ ਕਿਆ? ਸਭ ਤੋਂ ਪਹਿਲਾਂ ਤੁਹਾਡੀ ਸੁਰੱਖਿਆ, ਪ੍ਰਸ਼ਾਸਨ ਇਨਵੋਲਵ ਹੋ ਜਾਂਦਾ ਕੋਈ ਸਮੱਸਿਆ ਆਵੇ, ਦੂਜੀ ਫੂਡ ਕੁਆਲਿਟੀ ਹੈਲਦੀ ਫੂਡ ਦਿੰਦੇ ਹਾਂ, ਤੀਜਾ ਤੁਸੀਂ ਤੁਹਾਡੀ ਸਮਾਜਿਕ ਸਾਂਝ ਬਣਦੀ ਹੈ। ਦੇਸ਼ ਭਰ ਤੋਂ ਵੱਖ ਵੱਖ ਖੇਤਰਾਂ ਤੋਂ ਆਉਂਦੇ ਨੌਜਵਾਨ, ਯੰਗਸਟਰ, ਓਲਡ ਏਜ, ਤੁਸੀਂ ਮਿਕਸਅਪ ਹੁੰਦੇ ਹਾਂ। ਅਤੇ ਅਗਲੀ ਗੱਲ ਹੈ, ਬਿਖਮ ਹਾਲਤਾਂ 'ਚ ਰਹਿਣਾ ਸਿਖਾਉਂਦੇ ਹਾਂ ਤੁਹਾਨੂੰ। ਅਤੇ ਕੋਨਾ ਕੋਨਾ 10 ਰਾਤਾਂ 11 ਦਿਨ ਦਾ ਪ੍ਰੋਗਰਾਮ ਬੁੱਕ ਕੀਤਾ, ਤਾਂ ਮੈਂ ਨਹੀਂ ਸਮਝਦਾ ਕੋਈ ਇੰਡੀਵਿਜੁਅਲ ਇੰਨਾ ਐਕਸਪਲੋਰ ਕਰ ਸਕਦਾ ਲੈ ਇਹਨੂੰ ਜਿੰਨਾ ਅਸੀਂ ਕਰ ਜਾਣਾ। ਅਤੇ ਅੱਜ ਸਾਡੀ ਪਹਿਲੀ ਆਊਟ ਨਾਈਟ ਹੈ, ਬਾਹਰ ਸਟੇ ਹੈ। ਅਤੇ ਇਹ ਮਾਹੌਲ ਹੈ, ਇਹ ਬਫੇ ਲੱਗਿਆ ਹੋਇਆ, ਖਾਣੇ ਨਾਲ 1% ਵੀ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦਾ ਯੂਥ ਹੋਸਟਲ। ਸੋ ਇੱਦਾਂ ਦੇ ਰੰਗ ਮਿਲਦੇ ਹੈ। ਇਹ ਕਿਸੇ ਇੱਥੇ ਲੋਕਲ ਗੈਸਟ ਹਾਊਸ 'ਚ ਇਹ ਹੈਗਾ, ਇਹ ਮੇਰੀ ਸਾਰੀ ਟੀਮ ਬੈਠੀ ਹੈ। ਸੋ ਜੇ ਯੂਥ ਹੋਸਟਲ ਦੀ ਪ੍ਰੈਪਰੇਸ਼ਨ 'ਚ ਕੋਈ ਗੱਲਬਾਤ ਹੈ ਤਾਂ ਅੱਛੇ ਲੋਕ ਹੈ ਸਾਰੇ, ਨੋ ਲੋਸ ਨੋ ਪ੍ਰੋਫਿਟ 'ਤੇ ਕੰਮ ਕਰਦੇ ਹੈ। ਬਹੁਤੇ ਲੋਕ ਵਲੰਟੀਅਰ ਹੈ, ਕੁਛ ਇਹਨਾਂ ਦੇ ਆਫੀਸ਼ੀਅਲ ਵੀ ਹੈ। ਸੋ ਇਹਨਾਂ 'ਚ ਅਗਰ ਕੁਛ ਗੱਲ ਹੈਗੀ ਹੈ ਤਾਂ ਹੀ ਮੈਂ ਰਿਕਮੈਂਡ ਕਰਦਾ, ਜਿਹਨਾਂ ਸਾਥੀਆਂ ਨੂੰ ਥੋੜ੍ਹਾ ਬਹੁਤਾ ਵੀ ਘੁਮੱਕੜੀ ਦਾ ਕੀੜਾ, ਉਹ ਯੂਥ ਹੋਸਟਲ ਐਸੋਸੀਏਸ਼ਨ ਆਫ ਇੰਡੀਆ ਦੀ ਮੈਂਬਰਸ਼ਿਪ ਲਓ, ਚਾਹੇ ਘੱਟੋ ਘੱਟ ਮਹੀਨੇ ਦੀ ਲੈ ਲਓ, ਸਾਲ ਦੀ ਲੈ ਲਓ ਜਾਂ ਲਾਈਫ ਟਾਈਮ ਲੈ ਲਓ। ਉਹ ਤੋਂ ਬਾਅਦ ਇਹਦੇ ਫੈਮਿਲੀ ਕੈਂਪ ਹੈ, ਟਰੈਕਿੰਗ ਪ੍ਰੋਗਰਾਮ ਹੈ, ਐਡਵੈਂਚਰ ਕੈਂਪ ਹੈ, ਸਾਈਕਲਿੰਗ ਹੈ। ਮੌਸਮ ਦੇ ਹਿਸਾਬ ਨਾਲ ਐਨੂਅਲ ਕੈਲੰਡਰ, ਸਾਲਾਨਾ ਕੈਲੰਡਰ ਪੈ ਜਾਂਦਾ, ਤੁਸੀਂ ਕੋਈ ਵੀ ਪ੍ਰੋਗਰਾਮ ਜੁਆਇਨ ਕਰ ਸਕਦੇ ਹੈ। ਸੋ ਯੂਥ ਹੋਸਟਲ 'ਚ ਔਰ ਇੰਨੇ ਵਧੀਆ ਬੰਦੇ ਬੈਠੇ ਹੈ, ਇਹ ਸਾਰਿਆਂ ਦੀ ਪਿੱਠ ਹੈ, ਸਾਰੇ ਇਹ ਈਸਟ ਅਤੇ ਸਾਊਥ ਤੋਂ ਹੈ। ਮੈਂ ਪਹਿਲੀਆਂ ਵੀਡੀਓ 'ਚ ਦੱਸ ਚੁੱਕਿਆ ਨਾ ਆਪਣੇ ਮੇਰੇ ਜਿਹੜੇ 5-6 ਸਾਥੀ, ਇਹਨਾਂ ਦੀ ਸਾਰੀ ਡਿਟੇਲ ਹਿਸਟਰੀ। ਸੋ ਇਹ ਰੰਗ ਮਿਲਦੇ ਆ ਦੋਸਤੋ, ਇਹ ਮਾਣ ਤੁਸੀਂ ਕਦੇ ਸਕਦੇ ਹੈ ਜੇ ਤੁਸੀਂ ਹਿੰਮਤ ਕਰੋ ਇਕੱਲੇ ਨਿਕਲਣ ਦੀ। ਵਧੀਆ ਲੋਕਾਂ ਨੂੰ ਮਿਲਦੇ ਹੋ, ਵਧੀਆ ਸੰਸਥਾ ਨਾਲ ਜੁੜ ਦਿਓ, ਵਧੀਆ ਲੋਕਾਂ ਨੂੰ ਮਿਲੋਗੇ ਅਤੇ ਵਧੀਆ ਤਜਰਬੇ ਲਓਗੇ। ਸੋ ਇਹ ਰੰਗ ਮਿਲਿਆ ਦੋਸਤੋ ਸਫਰਾਂ ਦਾ। ਹੁਣ ਆਪਾਂ ਆਪਣੀ ਥਾਲੀ ਲੈਂਦੇ ਹਾਂ ਅਤੇ ਫਿਰ ਉਹ ਤੋਂ ਬਾਅਦ ਗੈਸਟ ਹਾਊਸ ਵਾਪਸੀ ਹੈ। ਇੰਟਰਨੈਸ਼ਨਲ ਯੂਥ ਹੋਸਟਲ ਐਸੋਸੀਏਸ਼ਨ ਇੰਡੀਆ, ਜ਼ਿੰਦਾਬਾਦ।